ਲੋਕਾਂ ਦੇ ਮਨ ਚ ਆ ਕੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨਾਲ ਜੁੜੀ ਹੋਊਗੀ ਸੰਸਥਾ, ਆਮ ਆਦਮੀ ਪਾਰਟੀ ਕੋਲ ਨਹੀਂ ਚਲੇ? ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਦੇਖੋ ਮੈਂ ਮੇਰੇ ਹੁੰਦੀ ਕੁਦਰਤੀ ਗੱਲ ਹੈ ਕਿ ਹੁਣ ਮੇਰੇ ਕੋਲ ਬਹੁਤ ਸਾਰੇ ਲੋਕ ਆਉਂਦੇ ਆ, ਫੀਸ ਕੱਟ ਕਰੋ ਜੀ, ਫੀਸ ਕੱਟ ਕਰੋ ਜੀ, ਤਾਂ ਫਿਰ ਮੈਂ ਉਹਨਾਂ ਨੂੰ ਸਮਝਾਉਂਦਾ ਕਿ ਮੈਂ ਤੁਹਾਡਾ ਵਿਧਾਇਕ ਹਾਂ, ਜਦੋਂ ਮੈਂ ਹਲਕੇ 'ਚ ਆਉਂਦਾ ਤਾਂ ਮੈਂ ਤੁਹਾਡੇ ਸਾਰੇ ਕੰਮ ਕਰਾਂਗਾ, ਤੁਹਾਡੇ ਦਫ਼ਤਰਾਂ ਦੇ ਕੰਮ ਕਰਾਂਗਾ, ਤੁਹਾਨੂੰ ਸਕੂਲਾਂ ਦਾਖਲ ਕਰਾਵਾਂਗਾ, ਜੇ ਦਵਾਈ ਨਹੀਂ ਮਿਲਦੀ ਤਾਂ ਮੈਂ ਤੁਹਾਨੂੰ ਹਸਪਤਾਲਾਂ ਦਵਾਈ ਦੇਣ ਦੀ ਕੋਸ਼ਿਸ਼ ਕਰਾਂਗਾ। ਪਰ ਜਦੋਂ ਮੈਂ ਦੀਵਾਨ 'ਚ ਆ ਜਾਂਦਾ ਫਿਰ ਮੈਂ ਦੀਵਾਨ ਦਾ ਪ੍ਰਧਾਨ ਬਣ ਜਾਂਦਾ, ਜਦੋਂ ਮੈਂ ਦੀਵਾਨ ਦਾ ਪ੍ਰਧਾਨ ਹਾਂ ਤਾਂ ਫਿਰ ਮੈਂ ਦੀਵਾਨ ਦੇ ਜਿਹੜੇ ਹੱਕ ਨੇ ਜਾਂ ਹਿੱਤ ਨੇ ਮੈਂ ਉਹ ਸੋਚਾਂਗਾ, ਫਿਰ ਮੈਂ ਆਪਣੇ ਵਿਧਾਇਕ ਨੂੰ ਪਿੱਛੇ ਛੱਡ ਦਾਂਗਾ। ਸੋ ਇਹ ਦੋਵੇਂ ਹੈ ਇੱਕਦਮ ਕਨਫਲਿਕਟਿੰਗ ਗੱਲਾਂ ਨੇ, ਪਰ ਕਨਫਲਿਕਟਿੰਗ ਕੋਈ ਗੱਲ ਨਹੀਂ, ਇਹ ਮੇਰਾ ਕੋਈ ਕਨਫਲਿਕਟ ਹੈ ਨਹੀਂ ਹੈ, ਬਿਕੋਜ਼ ਮੈਨੂੰ ਦੋਵੇਂ ਮਨੇ ਬਹੁਤ ਪਿਆਰ ਹੈ ਇੱਥੇ। ਮੈਂ अमृतसर में आज चीफ खालसा दीवान का चुनाव हुआ, जिसमें अमृतसर के हलका साउथ से आप विधायक डॉक्टर इंद्रवीर निज्जर ने बड़े मार्जिन से जीत हासिल की। चीफ खालसा दीवान के पूर्व मुखिया निर्मल सिंह के देहांत के बाद आज अमृतसर में चीफ खालसा दीवान का चुनाव हुआ, जिसमें अमृतसर के हलका साउथ आम आदमी पार्टी के विधायक डॉक्टर इंद्रवीर निज्जर और सर्वजीत सिंह खालसा के बीच में टक्कर थी। चीफ खालसा दीवान के कुल 517 मेंबर हैं, जिसमें 329 लोगों ने वोटिंग की और एक वोट उसमें रद्द हुई। डॉक्टर इंद्रवीर निज्जर को 243 वोट मिले और विपक्षी उम्मीदवार सर्वजीत सिंह खालसा को सिर्फ 85 वोट ही मिल सके। इस मौके डॉक्टर इंद्रवीर निज्जर ने कहा कि उनको पूरी उम्मीद थी कि वह यह चुनाव जीतेंगे, क्योंकि वह जब कार्यकारी प्रधान के तौर पर सेवा निभा रहे थे तो वह चीफ खालसा दीवान को किस तरह का मुखिया चाहिए उसके ऊपर विचार प्रकट करते थे, और अगर उनको मौका मिलता है तो वह अपनी तनदेही से चीफ खालसा दीवान की सेवा करेंगे। उन्होंने कहा कि उनका मुखिया बनने के बाद पहला कदम यह रहेगा कि चीफ खालसा दीवान एक इंस्टीट्यूशन है तो इसमें बच्चों का एजुकेशन सिस्टम और बढ़िया हो। ਇੱਥੇ ਪਿਆਰ ਕਰੂੰਗਾ ਦੀਵਾਨ ਨਾਲ, ਦੀਵਾਨ ਦੇ ਮੈਂ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਹੋਣ ਦਾਂਗਾ, ਅਤੇ ਉੱਧਰ ਮੈਂ ਆਪਣੇ ਜਿਹੜੇ ਹਲਕੇ ਦੇ ਲੋਕ ਨੇ ਉਹਨਾਂ ਨੂੰ ਮੈਂ ਆਪਣਾ ਹੱਕ ਉਸ ਇਲਾਕੇ ਦੇਵਾਂਗਾ। ਸਰ, ਆਮ ਆਦਮੀ ਪਾਰਟੀ ਸਰ ਮਾਡਲ ਐਜੂਕੇਸ਼ਨ ਦਾ ਅਤੇ ਮੈਡੀਕਲ ਦਾ ਹੀ ਲੈ ਕੇ ਆਈ ਹੈ, ਤੁਸੀਂ ਵੀ ਇੱਕ ਨੁਮਾਇੰਦੇ ਹੋ ਆਮ ਆਦਮੀ ਪਾਰਟੀ ਦੇ, ਵੈਸੇ ਤਾਂ ਆਮ ਆਦਮੀ ਪਾਰਟੀ ਸਰਕਾਰੀ ਸਕੂਲਾਂ ਵਾਸਤੇ ਜ਼ਿਆਦਾ ਪ੍ਰਮੋਟ ਕਰਦੀ ਹੈ, ਅਪਰੀਸ਼ੀਏਟ ਕਰਦੀ ਹੈ ਜਾਂ ਅੱਗੇ ਲੈ ਕੇ ਆਉਂਦੀ ਹੈ, ਲੇਕਿਨ ਐਜ਼ ਅ ਪ੍ਰਾਈਵੇਟ ਸੰਸਥਾ, ਕਿਉਂਕਿ ਵਿੱਦਿਅਕ ਸੰਸਥਾ ਸੀਕੇਡੀ, ਉਹਦੇ ਵਾਸਤੇ ਸਰ ਸਰਕਾਰ ਵੱਲੋਂ ਅਤੇ ਸੀਕੇਡੀ ਸੰਸਥਾ ਵੱਲੋਂ ਰਲ ਕੇ ਕਿਹੜਾ ਅਜਿਹਾ ਕੰਮ ਕੀਤਾ ਜਾਵੇਗਾ ਜਿਹੜੇ ਪ੍ਰਾਈਵੇਟ ਬਾਕੀਆਂ 'ਚ ਸੀਗਾ? देखो, इस तरह जे साडे ना स्कूल बहुत अच्छे चल रहे हैं, बहुत अच्छे चल रहे हैं, लेकिन हमेशा इंप्रूवमेंट का स्कोप होंदा ही होंदा, जिवें होजा लैबोरेटरीज घट होन, होजा कंप्यूटर्स घट होन, होजा लैंग्वेज लैब साढ़े को ना होवे, ते साडे कोल ओ ना होन अपने जिहड़े होंदे आ स्किल कोर्सेस जिहड़े ने। सो बहुत कुछ इहो जिहा करन जा रहे जिहदे नाल बच्चे पढ़ के, जिहड़े ते बच्चे गांह पढ़ना चाहुण 12वीं दे बाद उहनां नूं अगली पढ़ाई मिल जाए, जिहड़े ना पढ़ना चाहुण उहनां नूं स्किल डिवेलपमेंट वास्ते कुछ मिल जाए, ਤਾਂ ਕਿ ਉਹ ਬਾਹਰ ਨਿਕਲਣ 'ਤੇ। ਅੱਜ ਮੇਰੇ ਨਾਲ ਗੱਲ ਚੱਲ ਰਹੀ ਸੀ, ਕਹਿੰਦੇ ਤੁਸੀਂ ਰੋਡ ਸਾਹਿਬ ਘੱਟੋ ਘੱਟ ਗਾਰਡਨਿੰਗ ਹੀ ਕਰਾ ਦਿਉ ਅਤੇ ਬੱਚਾ ਆਪਣੀ ਸਬਜ਼ੀ ਉਗਾਉਣ ਜੋਗਾ ਤਾਂ ਘਰ 'ਚ ਹੋ ਜਾਏ ਜਿੰਨਾ ਕੋਈ ਥਾਂ ਹੈਗੀ ਹੈ। ਸੋ ਇਹ ਸਾਰੀਆਂ ਗੱਲਾਂ ਨੇ ਵੀ ਮੇਕ ਪੀਪਲ ਇੰਟਰਸਟਿਡ, ਜੇ ਥੋੜ੍ਹੀ ਥਾਂ ਘਰ 'ਚ ਕੋਈ ਨਿੰਬੂ ਦਾ ਬੂਟਾ ਲਾ ਲਏ, ਕੋਈ ਅਮਰੂਦ ਦਾ ਬੂਟਾ ਲਾ ਲਏ, ਨਿੰਬੂ ਮੂੰਹ ਤੋਂ 200 ਰੁਪਏ ਕਿਲੋ ਨਿੰਬੂ ਜਾਣ ਡਿਆ, 280 ਰੁਪਏ ਕਿਲੋ ਨਿੰਬੂ ਦਾ ਬੂਟਾ ਘੱਟੋ ਘੱਟ ਸਕੁੰਜੀ ਤਾਂ ਬੰਦਾ ਘਰ ਦੀ ਪੀ ਸਕਦਾ। ਇਹ ਸਭ ਨੂੰ ਤੁਹਾਨੂੰ ਵੀ ਪ੍ਰਚਾਰ ਕਰਨਾ ਚਾਹੀਦਾ, ਮੈਂ ਵੀ ਆਪਣੇ ਹਲਕੇ 'ਚ ਕਹਿਣ ਡਿਆ ਕਿ ਮੈਨੂੰ ਥੋੜ੍ਹੀ ਜਿਹੀ ਥਾਂ ਦਿਉ। ਮੈਂ ਕਹਿੰਦਾ ਸੜਕ ਬਣਾਉਂਦੇ ਹੋ ਨਾ, ਸੜਕ ਬਣਾਉਂਦੇ ਹੋ ਅਤੇ ਇੱਟ ਨੱਪ ਦਿਆ ਕਰੋ ਆਪਣੇ ਘਰ ਦੇ ਅੱਗੇ, ਜਿੱਥੇ ਥੱਲੇ ਪਾਈਪ ਪੂਪ ਨਹੀਂ ਹੈਗੀ, ਜੋ ਸੜਕ ਬਣ ਜਾਏ ਇੱਟ ਪੁੱਟ ਲਈ ਉਹ ਕੈਰੀ ਬਣ ਜਾਂਦੀ ਆ, ਉੱਥੇ ਮਧੂ ਮਾਲਤੀ ਦੀ ਵੇਲ ਲਾ ਦਿਉ, ਹਰਿਆਲੀ ਹੋ ਜਾਏਗੀ। ਇਹ ਰਲ ਕੇ ਕੰਮ ਕਰਨੇ ਆ, ਤੁਸੀਂ ਵੀ ਥੋੜ੍ਹਾ ਕਰਿਆ ਕਰੋ, ਬਿਕੋਜ਼ ਤੁਹਾਡੀ ਲੋਕ ਬਹੁਤ ਗੱਲ ਸੁਣਦੇ ਜੇ। ਸੋ ਤੁਸੀਂ ਵੀ ਕਰੋ, ਅਸੀਂ ਵੀ ਕਰਦੇ ਹਾਂ, ਇਸ ਤਰ੍ਹਾਂ ਕਨਫਲਿਕਟ ਬਿਲਕੁਲ ਨਹੀਂ ਹੋਣ ਲੱਗਾ। ਤੁਸੀਂ ਜਿੰਨਾ ਮਰਜ਼ੀ ਮਿਆਰ ਚੁੱਕ ਲਓ, ਸਕੋਪ ਹਮੇਸ਼ਾ ਹੁੰਦਾ, ਅਸੀਂ ਜਿੰਨਾ ਮਰਜ਼ੀ